ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਕਰਦੇ ਚਾਹੀਏ ਲਸਟਰ ਦੇ ਵਿੱਚ ਜੋ ਇਸ ਟਾਈਮ ਉੱਥੇ ਮਸਲਾ ਬਣਿਆ ਪਿਆ ਇਹ ਖਬਰਾਂ ਸੁਣ ਕੇ ਇਦਾਂ ਲੱਗਦਾ ਵੀ ਆਪਾਂ ਕਿਸੇ ਭਾਰਤ ਦੇ ਕਿਸੇ ਸ਼ਹਿਰ ਦੀ ਗੱਲ ਕਰ ਰਹੇ ਹੋਈਏ ਯੂਕੇ ਦਾ ਇਹ ਬੜਾ ਮਸ਼ਹੂਰ ਸ਼ਹਿਰ ਜਿੱਥੇ 37% ਏਸ਼ੀਆਈ ਮੂਲ ਦੇ ਦੱਖਣ ਏਸ਼ੀਆਈ ਮੂਲ ਦੇ ਕਹਿ ਲਓ ਵੀ ਭਾਰਤੀਆਂ ਪਾਕਿਸਤਾਨੀ ਮੂਲ ਦੇ ਜਿਹੜੇ ਬਹੁਤੇ ਲੋਕ ਉੱਥੇ ਰਹਿੰਦੇ ਨੇ ਹੁਣ ਇੱਥੇ ਜਿਹੜੇ ਕੋਸ਼ ਕਹ ਲੋ ਬੀ ਆਰਐਸਐਸ ਦਾ ਇਹ ਏਜੰਡਾ ਕਹ ਲੋ ਜਾਂ ਜੋ ਭਾਰਤ ਵਿੱਚ ਚੱਲ ਰਿਹਾ ਆ ਉਹ ਏਜੰਡਾ ਇੱਥੇ ਵੀ ਦੇਖਣ ਨੂੰ ਮਿਲਿਆ ਬਹੁਤ ਸਾਰੇ ਜਿਹੜੇ ਹਿੰਦੂ ਨੌਜਵਾਨ ਆ ਉਹ ਇਕੱਠੇ ਹੋ ਕੇ ਮੁਸਲਮਾਨ ਕਮਿਊਨਿਟੀਜ਼ ਦੇ ਵਿੱਚੋਂ ਜਿਹੜੇ ਉਹ ਲੰਘਦੇ ਹੋਏ ਉਹੀ ਜੈ ਸ਼੍ਰੀ ਰਾਮ ਦੇ ਨਾਰੇ ਲਾਉਣੇ ਉਹਨਾਂ ਦੇ ਜਿਹੜੇ ਬਿਜ਼ਨੈਸੇਸ ਦੇ ਮੋਹਰੇ ਜਾ ਕੇ ਖਰੂਦ ਇਸ ਹਿਸਾਬ ਦੇ ਨਾਲ ਪਾਉਣਾ ਉਹ ਚੀਜ਼ ਜਿਹੜਾ ਹੋਇਆ ਆ ਕਹਿੰਦੇ ਵੀ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਜਿਹੜਾ ਹੋਇਆ ਸੀ ਅਗਸਤ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇਹ ਘਟਨਾ ਹੋਈ ਉਸ ਤੋਂ ਬਾਅਦ ਦੇ ਵਿੱਚ ਇੱਥੇ ਅਸ਼ਾਂਤੀ ਦੀ ਲੜੀ ਜਿਹੜੀ ਆ ਉਹ ਤੁਰੀ ਆ ਸੋ ਬਾਰ-ਬਾਰ ਉੱਥੇ ਹੋ ਰਹੀਆਂ ਪਹਿਲੀ ਵਾਰੀ ਜਦੋਂ ਹੋਇਆ ਤਾਂ ਪੁਲਿਸ ਵੱਲੋਂ ਕੋਈ ਬਹੁਤੀ ਕਾਰਵਾਈ ਕਿਸੇ ਪਾਸੇ ਵੱਲੋਂ ਵੀ ਜਿਹੜੀ ਉਹ ਨਹੀਂ ਕੀਤੀ ਗਈ ਹੁਣ ਜਿਹੜੇ ਦੋਨੋਂ ਹੀ ਤਰਫਾਂ ਦੇ ਕੈਲੋ ਵੀ ਨੌਜਵਾਨਾ ਉਹ ਇੱਕ ਦੂਜੇ ਨਾਲ ਖਹਿਣ ਨੂੰ ਜਿਹੜੇ ਉਹ ਕੈਲੋ ਵੀ ਪੂਰੀ ਤਰ੍ਹਾਂ ਇਹਾਰ ਬੈਠੇ ਨੇ ਸੋ ਲੈਸਟਰ ਦੇ ਵਿੱਚ ਜਿਹੜੀ ਇਸ ਟਾਈਮ ਇਹ ਵਾਇਲੈਂਸ ਵੱਲੋਂ ਜਿਹੜੀ ਗੱਲ ਨਾ ਵੱਧ ਜਵੇ ਤੇ ਜਿਹੜੀ ਇਹ ਸ਼ਾਂਤੀ ਬਣੀ ਪਈ ਆ ਜੋ ਇਸ ਟਾਈਮ ਤਣਾਅ ਬਣਿਆ ਪਿਆ ਉਸ ਨੂੰ ਦੇਖਦੇ ਹੋਏ ਜਿਹੜੀ ਉੱਥੋਂ ਦੇ ਕਾਂਸਟੇਬਲਸ ਆ ਪੁਲਿਸ ਆ ਕਹਿੰਦੇ ਵੀ ਅਸੀਂ ਪੂਰੇ ਵੱਡੇ ਪੱਧਰ ਦੇ ਉੱਤੇ ਆਪਣੇ ਪੁਲਿਸ ਅਫਸਰਾਂ ਨੂੰ ਗਰਾਉਂਡਸ ਦੇ ਉੱਤੇ ਤਾਇਨਾਤ ਕੀਤਾ ਆ ਤੇ ਅਸੀਂ ਮੰਗ ਕਰਦੇ ਆ ਦੋਨੋਂ ਹੀ ਤਰਫਾਂ ਨੂੰ ਵੀ ਸ਼ਾਂਤੀ ਜਿਹੜੀ ਆ ਉਹ ਬਣਾ ਕੇ ਜਿਹੜੀ ਉਹ ਰੱਖੀ ਜਾਵੇ ਸੋ ਇਹਦੇ ਦੌਰਾਨ ਜਿਹੜਾ ਹਰਜੋਤ ਸਿੰਘ ਜੀ ਦੋਨੋਂ ਕਿਉਂਕਿ ਬਿਜ਼ਨੈਸਸ ਤਾਂ ਹੁਣ ਦੋਨਾਂ ਦਾ ਹੀ ਹੋਣੇ ਆ ਦੋਨੋਂ ਹੀ ਤਰਫੋਂ ਦੇ ਜਿਹੜੇ ਲੋਕ ਆ ਉਹ ਰਹਿ ਰਹੇ ਆ ਭਾਰਤੀ ਮੂਲ ਵਾਲੇ ਵੀ ਤੇ ਪਾਕਿਸਤਾਨੀ ਮੂਲ ਵਾਲੇ ਵੀ ਸੋ ਉਹਨਾਂ ਦੇ ਆਪਸ ਦੇ ਵਿੱਚ ਜਿਹੜੀ ਖਹਿਬਾਜੀ ਹੋ ਇਹ ਹੋਈ ਆ ਖਾਸ ਕਰਕੇ ਇਸੇਮ ਅਜੰਡਾ ਜੈ ਸ਼੍ਰੀ ਰਾਮ ਦੇ ਨਾਰੇ ਲੱਗਣੇ ਤੇ ਉਹ ਪਾਸੇ ਵੱਲ ਨੂੰ ਉਹ ਚੀਜ਼ਾਂ ਹੋਈਆਂ ਉਥੇ ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਮੁਸਲਮਾਨ ਮਸਜਿਦਾਂ ਦੇ ਵਿੱਚ ਇੱਥੇ ਭਾਰਤ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਉਹਦੇ ਬਾਹਰ ਜਾ ਕੇ ਉਹਨਾਂ ਦਾ ਜਾਣਬੁੱਝ ਕੇ ਜਲੂਸ ਨੂੰ ਉੱਥੇ ਰੋਕ ਕੇ ਬਾਹਰ ਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੀਆਂ ਜਿਹੜੀਆਂ ਨਾਹਰੇਬਾਜ਼ੀਆਂ ਕਰਨੀਆਂ ਕੁਛ-ਕੁਛ ਇਦਾਂ ਦੀਆਂ ਚੀਜ਼ਾਂ ਆਖਣਾ ਜਿਹਦੇ ਨਾਲ ਕਹਿੰਦੇ ਵੀ ਇਹ ਇਹ ਸਥਿਤੀ ਆ ਹੁਣ ਯੂਕੇ ਤੱਕ ਪਹੁੰਚ ਚੁੱਕੀ ਆ ਸੋ ਯੂ ਨੈਵਰ ਨੋ ਹਰਜੋਤ ਸਿੰਘ ਜੀ ਵੀ ਇਹ ਜਿਹੜੀ ਸਥਿਤੀ ਆ ਇਹ ਇਹ ਜਿਹੜੀ ਇਹਨਾਂ ਦੇ ਕਹਿ ਲਓ ਵੀ ਜੋ ਲਿਖਿਆ ਹੋਇਆ ਆ ਜੋ ਇਹ ਕਰ ਰਹੇ ਆ ਇਹ ਇਹਨਾਂ ਨੇ ਕਿਹੜੇ ਏਜੰਡੇ ਦੇ ਤਹਿਤ ਸਾਰਾ ਕੁਝ ਕਿਤਾ ਜਾ ਰਿਹਾ ਆ ਪੁਲਿਸ ਵੀ ਮੰਨਦੀ ਆ ਤੇ ਲੋਕ ਵੀ ਇਸ ਚੀਜ਼ ਨੂੰ ਮੰਨ ਰਿਹਾ ਵੀ ਇਹ ਨਹੀਂ ਆ ਵੀ ਅਚਾਨਕ ਲੋਕ ਜਿਹੜੇ ਇਕੱਠੇ ਹੋ ਕੇ ਕਰ ਰਹੇ ਪੂਰੀ ਤਰ੍ਹਾਂ ਆਰਗੇਨਾਈਜ਼ਡ ਕੰਮ ਲੱਗ ਰਿਹਾ ਵੀ ਜਾਣ ਬੁੱਝ ਕੇ ਇਹ ਜਿਹੜਾ ਤਣਾਅ ਆ ਉਹ ਵਧਾਇਆ ਜਾਵੇ ਤੇ ਇੱਕ ਖਾਸ ਭਾਈਚਾਰੇ ਨੂੰ ਬੇਸਿਕਲੀ ਬਾਅਦ ਦੇ ਵਿੱਚ ਨਿੰਦਿਆ ਜਾਵੇ ਕਿਉਂਕਿ ਜੇਦੋਂ ਕੋਈ ਕਿਸੇ ਦੇ ਉੱਤੇ ਕੁੱਟਮਾਰ ਕਰਦਾ ਹੈ ਅਗੋਂ ਅਗਲੇ ਨੇ ਰਿਪਲਾਈ ਜਦੋਂ ਕੀਤਾ ਤੇ ਫਿਰ ਅਕਸ ਹੁੰਨ ਮੁੱਕੀ ਚੱਲਦੀ ਆ ਤੇ ਆਪਾਂ ਨੂੰ ਪਤਾ ਹੀ ਕੀ ਆ ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਐਮਪੀ ਤੇ ਕੈਬਨਿਟ ਦੇ ਵਿੱਚ ਸਰਕਾਰ ਦੀ ਕੈਬਨਿਟ ਦੇ ਵਿੱਚ ਵੀ ਉੱਥੇ ਕੰਮ ਕਰਦੇ ਨੇ ਜੀ ਸੋ ਬਿਲਕੁਲ ਤੇ ਭਾਰਤ ਦਾ মিডিਆ ਜਿਹੜਾ ਆ ਉਹ ਇਹ ਕਹਿ ਰਿਹਾ ਵੀ ਸਾਰੀਆਂ ਖਬਰਾਂ ਝੂਠੀਆਂ ਆ ਜਦ ਕਿ ਬਿਲਕੁਲ ਜੋ ਇੰਗਲੈਂਡ ਦਾ মিডিਆ ਆ ਉਹਦੇ ਵਿੱਚ ਸਾਰੀਆਂ ਖਬਰਾਂ ਆਈਆਂ ਕਿ ਕਿਸ ਤਰ੍ਹਾਂ ਇੱਕ 19 ਸਾਲਾਂ ਦੇ ਮੁਸਲਮਾਨ ਨੌਜਵਾਨ ਨੂੰ 30 ਦੇ ਕਰੀਬ ਜਿਹੜੇ ਹਿੰਦੂ ਨੌਜਵਾਨ ਸੀਗੇ ਉਹ ਵੀ ਉਹਨਾਂ ਸ਼ਰਾਬੀ ਵੀ ਬਨੇ ਸੀ ਉਹਨਾਂ ਨੇ ਕੁਟਿਆ ਜਦੋਂ ਮੈਚ ਹੋਇਆ ਸੀ ਉੱਥੇ ਆਪਣੇ ਇੰਡੀਆ ਦੇ ਪਾਕਿਸਤਾਨ ਦਾ ਕ੍ਰਿਕਟ ਦਾ ਫੇਰ 28 ਅਗਸਤ ਨੂੰ ਇੰਡੀਆ ਪਾਕਿਸਤਾਨ ਦਾ ਜਦੋਂ ਕ੍ਰਿਕਟ ਮੈਚ ਹੋਇਆ ਜਿਸ ਦਾ ਤੁਸੀਂ ਦੱਸਿਆ ਕਹਿੰਦੇ ਵੀ ਲੈਸਟਰ ਜੋ ਸ਼ਹਿਰ ਆ ਜਿੱਥੇ ਮੇਨ ਉਹਨਾਂ ਦੀ ਜਿਹੜੀ ਸਟਰੀਟ ਜਿੱਥੇ ਬਿਜ਼ਨੈਸਸ ਹੈਗੇ ਆ ਚਾਹੇ ਉਹ ਇੰਡੀਅਨਸ ਦੇ ਆ ਚਾਹੇ ਉਹ ਪਾਕਿਸਤਾਨੀਆਂ ਦੇ ਆ ਤੇ ਉੱਥੇ ਡੈਥ ਟੂ ਪਾਕਿਸਤਾਨ ਦੇ ਨਾਰੇ ਵੀ ਲਾਏ ਤੇ ਇੱਕ ਆਪਣਾ ਸਿੱਖ ਭਰਾ ਜਿਹੜਾ ਉਹ ਵਿੱਚ ਗਿਆ ਉਹ ਕਹਿੰਦੇ ਭਰਾਓ ਕਾਹਦੇ ਲੜੀ ਜਾਂਦੇ ਤੁਸੀਂ ਸਾਡੀਆਂ ਵੀ ਦੁਕਾਨਾਂ ਹੈਗੀਆਂ ਤੇ ਉਹਨੂੰ ਵੀ ਕਹਿੰਦੇ ਕੁੱਟਿਆ ਗਿਆ ਉਸ ਤੋਂ ਬਾਅਦ ਇੱਕ ਪੁਲਿਸ ਆਫੀਸਰ ਨੂੰ ਵੀ ਅਸால்ਟ ਕੀਤਾ ਗਿਆ ਇਹ ਬੀਵੀਸੀ ਦੀ ਨਿਊਜ਼ ਆ ਇਹ ਝੂਠੀ ਨਿਊਜ਼ ਨਹੀਂ ਹੈਗੀ ਤੇ ਇੰਡੀਆ ਦਾ ਮੀਡੀਆ ਜਿਹੜਾ ਹੈ ਉਹ ਕਹਿ ਰਿਹਾ ਵੀ ਫੇਕ ਨਿਊਜ਼ ਆ ਸੋ ਤੁਸੀਂ ਦੇਖੋ ਵੀ ਇਹ ਬਾਹਰ ਜਾ ਕੇ ਕਿਦਾਂ ਜਿਹੜਾ ਇਹ ਬਹੁਤ ਹੀ ਮਾੜੀ ਗੱਲ ਹੈਗੀ ਆ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਹੈ